ਦੋਸਤੋ ਟੈਕਨੀਕਲ ਜੋਬ ਪੁਆਇੰਟ ਚੈਨਲ 'ਚ ਤੁਹਾਡਾ ਸਵਾਗਤ ਹੈ। ਅੱਜ ਦਾ ਨੋਟਿਸ ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ PEC ਕੈਂਪਸ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੈਕਟਰ 12 ਚੰਡੀਗੜ੍ਹ ਤੋਂ। ਕੌਣ ਕੌਣ ਅਪਲਾਈ ਕਰ ਸਕਦਾ, ਕਿਵੇਂ ਅਪਲਾਈ ਕਰਨਾ, ਇਸ ਵੀਡੀਓ ਤੁਹਾਨੂੰ ਦੱਸਿਆ ਜਾਏਗਾ। ਜੇਕਰ ਦੋਸਤੋ ਚੈਨਲ 'ਤੇ ਪਹਿਲੀ ਵਾਰ ਵਿਜਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਤਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਦਾ ਨੋਟਿਸ ਤੁਹਾਨੂੰ ਮਿਲਦਾ ਰਹੇ। ਦੋਸਤੋ ਦੋ ਪੋਸਟਾਂ ਇਹਨਾਂ ਨੇ ਅਨਾਊਂਸ ਕੀਤੀਆਂ ਨੇ, ਅਸਿਸਟੈਂਟ ਪ੍ਰੋਫੈਸਰ ਐਂਡ ਆਰਕੀਟੈਕਚਰ ਦੀਆਂ। ਕੰਟਰੈਕਟ ਬੇਸ 'ਤੇ ਇਹ ਪੋਸਟਾਂ ਰਹਿਣਗੀਆਂ, ਇੱਕ ਸਾਲ ਦਾ ਤੁਹਾਡਾ ਕੰਟਰੈਕਟ ਰਹੇਗਾ, ਉਸ ਤੋਂ ਬਾਅਦ ਤੁਹਾਨੂੰ ਰੈਗੂਲਰ ਕਰ ਦਿੱਤਾ ਜਾਏਗਾ। ਇੱਕ ਪੋਸਟ OBC ਦੀ ਹੈ, ਇੱਕ ਪੋਸਟ ਜਰਨਲ ਦੀ ਹੈ। ਐਜੂਕੇਸ਼ਨ ਕੁਆਲੀਫਿਕੇਸ਼ਨ ਬੈਚਲਰ ਡਿਗਰੀ ਇਨ ਆਰਕੀਟੈਕਚਰ ਦੇ ਵਿੱਚ ਤੁਸੀਂ ਕੀਤੀ ਹੈ ਤਾਂ ਤੁਸੀਂ ਫਾਰਮ ਅਪਲਾਈ ਕਰ ਸਕਦੇ ਹੋ, ਜਾਂ ਫਿਰ ਮਾਸਟਰ ਡਿਗਰੀ ਤੁਸੀਂ ਕੀਤੀ ਹੈ ਆਰਕੀਟੈਕਚਰ ਦੇ ਵਿੱਚ ਤੁਸੀਂ ਫਾਰਮ ਅਪਲਾਈ ਕਰ ਸਕਦੇ ਹੋ। ਓਨਲੀ ਉਹੀ ਕੈਂਡੀਡੇਟ ਐਲੀਜੀਬਲ ਹੋਣਗੇ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕੌਂਸਲ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ 1972 ਐਕਟ ਦੇ ਵਿੱਚ। ਏਜ ਰੱਖੀ ਗਈ ਹੈ 35 ਸਾਲ, 35 ਸਾਲ ਤੋਂ ਤੁਹਾਡੀ ਏਜ ਵੱਧ ਨਹੀਂ ਹੋਣੀ ਚਾਹੀਦੀ, 1-1-2020 ਦੇ ਅਨੁਸਾਰ ਕੈਲਕੂਲੇਟ ਕੀਤੀ ਜਾਏਗੀ। ਏਜ ਰਿਲੈਕਸੇਸ਼ਨ ਦਿੱਤਾ ਜਾ ਰਿਹਾ ਹੈ 3 ਸਾਲ ਦਾ OBC ਕੈਟਾਗਰੀ ਨੂੰ। ਸੈਲਰੀ ਰੱਖੀ ਗਈ ਹੈ 15,600 ਪਲੱਸ 6,000 ਪਲੱਸ ਤੁਹਾਨੂੰ DA ਦਿੱਤਾ ਜਾਏਗਾ ਟਾਈਮ ਟੂ ਟਾਈਮ। ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਪਰਫੋਰਮੇ ਦੀ ਲੋੜ ਹੋਏਗੀ। ਪਰਫੋਰਮਾ ਤੁਹਾਨੂੰ ਇਹਨਾਂ ਦੀ ਵੈਬਸਾਈਟ ਤੋਂ ਮਿਲ ਜਾਏਗਾ। ਪਰਫੋਰਮਾ ਤੁਸੀਂ ਭਰ ਲੈਣਾ ਹੈ, ਭਰਨ ਤੋਂ ਬਾਅਦ ਤੁਸੀਂ ਇਹਨਾਂ ਦੇ ਐਡਰੈਸ 'ਤੇ ਭੇਜਣਾ ਹੈ, ਪ੍ਰਿੰਸੀਪਲ ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ PEC ਕੈਂਪਸ ਸੈਕਟਰ 12 ਚੰਡੀਗੜ੍ਹ। 23 ਮਾਰਚ 2020 ਸ਼ਾਮ 5 ਵਜੇ ਤੱਕ ਤੁਹਾਡਾ ਫਾਰਮ ਉੱਥੇ ਪਹੁੰਚ ਜਾਣਾ ਚਾਹੀਦਾ ਹੈ। ਜਿਹੜੇ ਕੈਂਡੀਡੇਟ ਐਲੀਜੀਬਲ ਹੋਣਗੇ ਉਹਨਾਂ ਨੂੰ ਇੰਟਰਵਿਊ 'ਤੇ ਬੁਲਾਇਆ ਜਾਏਗਾ। ਕਾਲਜ ਦੀ ਵੈਬਸਾਈਟ 'ਤੇ ਨੋਟਿਸ ਬੋਰਡ 'ਤੇ ਤੁਹਾਨੂੰ ਪੂਰੀ ਡਿਟੇਲ ਮਿਲ ਜਾਏਗੀ। ਵੱਖਰੇ ਤੌਰ 'ਤੇ ਇਹਨਾਂ ਨੇ ਤੁਹਾਨੂੰ ਕੋਈ ਮੈਸੇਜ ਜਾਂ ਕਾਲ ਨਹੀਂ ਕਰਨੀ ਇੰਟਰਵਿਊ ਦੇ ਲਈ। ਜਦੋਂ ਤੁਸੀਂ ਫਾਰਮ ਨੂੰ ਭੇਜਣਾ ਹੈ, ਸੈਲਫ ਅਟੈਸਟਡ ਫੋਟੋਕਾਪੀਸ ਤੁਸੀਂ ਨਾਲ ਲਗਾ ਦੇਣੀਆਂ ਨੇ, ਐਜੂਕੇਸ਼ਨ ਕੁਆਲੀਫਿਕੇਸ਼ਨ, ਡੇਟ ਆਫ ਬਰਥ, ਐਕਸਪੀਰੀਅੰਸ ਅਤੇ ਆਪਣਾ ਕੈਟਾਗਰੀ ਦਾ ਸਰਟੀਫਿਕੇਟ। ਇੰਟਰਵਿਊ 'ਤੇ ਆਉਣ ਜਾਣ ਦੇ ਲਈ ਤੁਹਾਨੂੰ ਕੋਈ ਵੀ TA ਅਤੇ DA ਦਾ ਭੁਗਤਾਨ ਨਹੀਂ ਕੀਤਾ ਜਾਏਗਾ। ਉਮੀਦ ਕਰਦਾ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ।